ਸਤਿ ਸ਼੍ਰੀ ਅਕਾਲ ਜੀ ਮੈਂ ਜਤਿੰਦਰਪਾਲ ਸਿੰਘ SWISS PRIVATE LIMITED ਤੋਂ ਦੋਸਤੋ ਅੱਜ ਮੈਂ ਗੱਲ ਕਰਨ ਜਾ ਰਹੇ ਹਾਂ ਗ੍ਰੈਜੂਏਟਸ ਪਰਸਨਲਿਟੀ ਜਿਹੜੇ ਗ੍ਰੈਜੂਏਟ ਆ ਬੀਬੀਏ ਬੀਸੀਏ ਬੀਕਾਮ ਵੀਟੈਕ ਜਾਂ ਐਕਸਪੀਰੀਐਂਸ ਹੈ ਜਾਂ ਫ੍ਰੈਸ਼ਰ ਆ ਜੇ ਤੁਸੀਂ ਆਪਣਾ ਕੈਰੀਅਰ ਇੰਟਰਨੈਸ਼ਨਲ ਟ੍ਰੇਡ ਪਾਲਿਸੀ ਦੇ ਤੌਰ ਤੇ ਜਾਂ ਗਲੋਬਲ ਮੈਨੇਜਮੈਂਟ ਕੰਸਲਟੈਂਟ ਜਾਂ ਇੰਟਰਨੈਸ਼ਨਲ ਬਿਜ਼ਨਸ ਮੈਨੇਜਮੈਂਟ ਜਾਂ ਇੰਟਰਨੈਸ਼ਨਲ ਸੇਲ ਡਿਵੈਲਪਮੈਂਟ ਦਾ ਮੈਨੇਜਮੈਂਟ ਦੇ ਵਿੱਚ ਬਣਾਉਣਾ ਚਾਹੁੰਦੇ ਹੋ ਤਾਂ ਸਭ ਤੋਂ ਬੈਸਟ ਕੋਰਸ ਹੈ ਗਲੋਬਲ ਐਮਬੀਏ ਜਿਹੜਾ ਕੋਰਸ ਕਿ ਅਸੀਂ ਜਰਮਨੀ ਦੇ ਵਿੱਚ ਪ੍ਰੋਵਾਈਡ ਕਰ ਰਹੇ ਹਾਂ ਸਭ ਤੋਂ ਖਾਸ ਗੱਲ ਇਹ ਦੀ ਹੈ ਕਿ ਕੋਈ ਏਜ ਬਾਰ ਨਹੀਂ ਹੈ ਤੁਸੀਂ ਐਕਸਪੀਰੀਐਂਸ ਹੋ 10 20 ਸਾਲ ਦੇ ਤੋਂ ਉਮਰ ਤੁਹਾਡੀ 45 ਸਾਲ ਤੱਕ ਹੈ ਤੁਸੀਂ ਜੁਆਇਨ ਕਰ ਸਕਦੇ ਹੋ ਤੁਸੀਂ ਫ੍ਰੈਸ਼ਰ ਹੋ ਤਾਂ ਵੀ ਇਹ ਜੁਆਇਨ ਕਰ ਸਕਦੇ ਹੋ 18 ਮਹੀਨੇ ਦਾ ਗਲੋਬਲ ਐਮਬੀਏ ਕੋਰਸ ਹੈ ਸਭ ਤੋਂ ਯੂਨੀਕ ਕੋਰਸ 18 ਮਹੀਨੇ ਦਾ ਗਲੋਬਲ ਐਮਬੀਏ ਕੋਰਸ ਸਭ ਤੋਂ ਯੂਨੀਕ ਕਰਿਕੂਲਮ ਸਭ ਤੋਂ ਜਿਹਦੇ ਵਿੱਚ ਮੈਨੇਜਮੈਂਟ ਮਾਰਕੀਟਿੰਗ ਫਾਈਨਾਂਸ ਆਪਰੇਸ਼ਨ ਲੀਡਰਸ਼ਿਪ ਔਰ ਐਚਆਰ ਹੈ ਦੀ ਪੂਰੀ ਪੂਰੀ ਇਨ ਡੈਪਥ ਕਵਰੇਜ ਦਿੱਤੀ ਜਾਂਦੀ ਹੈ ਜਰਮਨ ਕਾਲਜ 18 ਮਹੀਨੇ ਦੇ ਕੋਰਸ ਦੇ ਨਾਲ ਜਰਮਨੀ ਲੈਂਗੁਏਜ ਬਿਜ਼ਨਸ ਲੈਂਗੁਏਜ A1 A2 ਪੂਰੇ ਕੰਪਲੀਟ ਤਿਆਰੀ ਤੁਹਾਡੀ ਕਰਾਉਂਦੇ ਆ ਨਾਲ ਨਾਲ ਔਰ ਇਸ ਯੂਨਿਕ ਫੀਚਰ ਇਹਦੇ ਇਹ ਹੈ ਕਿ ਤੁਸੀਂ ਸਿਰਫ 2 ਦਿਨ ਕਾਲਜ ਆਣਾ 5 ਦਿਨ ਤੁਸੀਂ ਕੰਮ ਕਰ ਸਕਦੇ ਹੋ ਬੜੀ ਸਭ ਤੋਂ ਫੈਬਲਸ ਅਪਰਚੂਨਿਟੀ ਹੈ ਔਰ ਉਸ ਤੋਂ ਵੀ ਸਭ ਤੋਂ ਵੱਡੀ ਚੀਜ਼ ਜਿਹੜੀ ਹੈਗੀ ਹੈ ਕਿਉਂਕਿ ਆਜ ਦੀ ਡੇਟ ਦੇ ਵਿੱਚ ਜਦੋਂ ਕੋਵਿਡ-19 ਦਾ ਚੱਲਦਾ ਤਾਂ ਹਰ ਇੱਕ ਬੰਦਾ ਫਾਈਨੈਂਸ਼ੀਅਲੀ ਟੁੱਟਿਆ ਹੋਇਆ ਤਾਂ ਕਾਲਜ ਨੇ ਸਭ ਤੋਂ ਬੈਸਟ ਕੀ ਕੀਤਾ ਇੱਕ ਤੇ ਸਕਾਲਰਸ਼ਿਪ ਦੇ ਰਿਹਾ ਹੈ 1500 ਯੂਰੋ ਦੀ ਇਹਦੇ ਵਿੱਚ ਜੇ ਤੁਸੀਂ ਇਮੀਡੀਏਟ ਐਡਮਿਸ਼ਨ ਲੈਨੇ ਹਾਂ ਤਾਂ 1500 ਯੂਰੋ ਦੀ ਐਡਵਾਂਸ ਤੁਹਾਨੂੰ ਸਕਾਲਰਸ਼ਿਪ ਹੈ ਉਸ ਤੋਂ ਬਾਅਦ 2000 ਯੂਰੋ ਕਾਲਜ ਦੀ ਫੀਸ ਦੇ ਕੇ ਤੁਸੀਂ ਬਾਕੀ ਦੀ ਰੈਸਟ ਆਫ ਦੀ ਫੀਸ ਜਿਹੜੀ ਹੈ ਬੱਚਾ ਬੜੀ ਈਜ਼ੀ ਇਨਸਟਾਲਮੈਂਟ ਦੇ ਵਿੱਚ ਦੇ ਸਕਦਾ ਹੈਗਾ ਤਾਂ ਕਿ ਕੋਈ ਫਾਈਨੈਂਸ਼ੀਅਲ ਬਰਡਨ ਨਾ ਬਣ ਕੋਈ ਚਵਾਈ ਜਾਏਗਾ ਦੇਈ ਜਾਏਗਾ ਔਰ ਜਦੋਂ ਤੁਹਾਡਾ ਕੋਰਸ ਕੰਪਲੀਟ ਹੁੰਦਾ 18 ਮਹੀਨੇ ਦਾ ਉਸ ਤੋਂ ਬਾਅਦ 18 ਮਹੀਨੇ ਦਾ ਪੋਸਟ ਸਟੱਡੀ ਵਰਕ ਆਮਟਾ ਜਿਸ ਦੇ ਵਿੱਚ ਈਜ਼ੀ ਹੋ ਜਾਂਦਾ ਪੀਆਰ ਲੈਣ ਲਈ ਜਰਮਨ ਇੱਕ ਸਭ ਤੋਂ ਬੈਸਟ ਜੌਬ ਸਰਸਿਸ ਕੰਟਰੀ ਹੈ ਕਿਉਂਕਿ ਤੇ ਜੌਬ ਬਹੁਤ ਜ਼ਿਆਦਾ ਹੈਗੀ ਆ ਕਿਉਂ ਰੀਜ਼ਨ ਇਹ ਕਿ ਉਹਨਾਂ ਨੂੰ ਯੰਗਸਟਰ ਪਾਵਰ ਚਾਹੀਦੀ ਆ ਔਰ ਯੂਰਪ ਦੇ ਵਿੱਚ ਤੁਸੀਂ ਹੋਰ ਵੀ ਕਈ ਕੰਟਰੀਜ਼ ਦੇ ਵਿੱਚ ਜਾ ਕੇ ਜੌਬ ਕਰ ਸਕਦੇ ਹੋ ਸੋ ਮੈਂ ਕਹਾਂਗਾ ਇੱਕ ਬਹੁਤ ਘੱਟ ਖਰਚਾ ਕਰਕੇ 2000 ਯੂਰੋ ਦੇ ਕੇ ਫੀਸ ਤੁਸੀਂ ਜਾ ਰਹੇ ਹੋ ਜਰਮਨੀ ਦੀ ਔਰ ਬੈਸਟ ਕੋਰਸ ਲੈ ਰਹੇ ਹੋ ਬੈਸਟ ਨੂੰ ਵਰਕਿੰਗ ਓਪਰਚ्युनिटीज ਮੈ ਰਹੀ ਆ ਸੋ ਕੋਈ ਤੇ ਜਿਆਦਾ ਖਰਚਾ ਕਰਨ ਦੀ ਜ਼ਰੂਰਤ ਨਹੀਂ ਐ ਜਮਨੀ ਦਾ MBA ਬੈਸਟ MBA ਗਲੋਬਲ MBA ਸੋ ਪਲੀਜ਼ ਜੇ ਤੁਸੀਂ ਇਹਨੂੰ ਜੁਆਇਨ ਕਰਨਾ ਚਾਹੁੰਦੇ ਹੋ ਕਿਉਂਕਿ ਅਸੀਂ ਸਪਟੰਬਰ ਔਰ ਜਨੂਅਰੀ ਇਨਟੇਕ ਦੋਨਾਂ ਲਈ ਐਡਮਿਸ਼ਨਸ ਕਰ ਰਹੇ ਆ ਤਾਂ ਸਾਡੇ ਨੰਬਰ ਦਿੱਤੇ ਹੋਏ ਆ ਪਲੀਜ਼ ਤੁਸੀਂ ਸਾਡੀ ਕਾਉਂਸਲਰ ਨਾਲ ਅਪਰੋਚ ਕਰੋ ਉਹਨਾਂ ਨੂੰ ਮਿਲੋ ਆਪਣੇ ਡਾਕੂਮੈਂਟ ਭੇਜ ਕੇ ਅਸੈਸਮੈਂਟ ਕਰਵਾਓ ਔਰ ਜੇ ਤੁਸੀਂ ਲੇਟੈਸਟ ਹੋਰ ਵੀਡੀਓਜ਼ ਦੇਖਣਾ ਚਾਹੁੰਦੇ ਆ ਅਸੀਂ ਕਿਉਂਕਿ ਨਵੇਂ-ਨਵੇਂ ਕਾਲਜੇਸ ਨਵੇਂ-ਨਵੇਂ ਕੱਲ ਨੂੰ ਪਬਲਿਕ ਯੂਨੀਵਰਸਿਟੀ ਸੇ ਮੈਂ ਵੀਡੀਓ ਲੈ ਕੇ ਆਵਾਂਗਾ ਜਿਹਦੇ ਵਿੱਚ ਫ੍ਰੀ ਐਜੂਕੇਸ਼ਨ ਬਾਰੇ ਵੀ ਮੈਂ ਦੱਸਾਂਗਾ ਸੋ ਤੁਸੀਂ ਪਲੀਜ਼ ਇਹਨੂੰ ਸਬਸਕ੍ਰਾਈਬ ਕਰੋ ਸਾਡੇ ਵੀਡੀਓ ਨੂੰ ਇਹਨੂੰ ਲਾਈਕ ਕਰੋ ਔਰ ਸ਼ੇਅਰ ਕਰੋ ਜੇ ਤੁਹਾਡੇ ਦੋਸਤ ਕੋਈ ਮਿੱਤਰ ਜਾ ਜਾਣਦੇ ਬਾਰ ਜਾ ਜਾਣਦੇ ਤੇ ਉਹਨਾਂ ਨੂੰ ਵੀ ਦੱਸੋ ਪਲੀਜ਼ ਸਸਿਕਾ